ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ। ਥਾਮਾ ਅਲੇਕੁਮ, ਕਿਆ ਹਾਲ ਹੈ ਸਾਰਿਆਂ ਭਾਈਆਂ ਦਾ, ਸਾਰੇ ਭਰਾਵਾਂ ਦਾ ਕੀ ਹਾਲ ਹੈ? ਠੀਕ ਹੋ ਜੀ? ਅੱਜ ਇੱਕ ਨਵੀਂ ਲੋਕੇਸ਼ਨ 'ਤੇ ਆਏ ਹਾਂ ਵੀਡੀਓ ਬਣਾਉਣ ਦੀ। ਲੋਕੇਸ਼ਨ ਸਟਾਰਟ ਵੀ ਜਿਸ ਤਰ੍ਹਾਂ ਛੋਟਾ ਜਿਹਾ ਕਲਿੱਪ ਤੱਕਿਆ ਹੋਇਆ ਸੀ, ਪਿਛਲੀ ਸਾਈਡ 'ਤੇ ਚੈੱਕ ਕਰੋ ਵਿਊ, ਬੜਾ ਬਿਹਤਰੀਨ, ਬੜੀ ਪਿਆਰੀ ਔਰ ਖੂਬਸੂਰਤ ਜਗ੍ਹਾ। ਅੱਜ ਅਸੀਂ ਇੱਥੇ ਆਏ ਹਾਂ ਵੀਡੀਓ ਬਣਾਉਣ ਦੀ, ਔਰ ਨਾਲ ਕੁਝ ਹਲਕਾ ਫੁਲਕਾ ਵੀ ਕਰਕੇ ਦੱਸਾਂਗੇ। ਬੜੀ ਦੂਰ ਆਏ ਹਾਂ, ਔਰ ਐਸੀ ਜਗ੍ਹਾ ਤਾਂ ਉਹਦੇ ਜਿਹੜਾ ਤੁਸਾਂ ਭੁੱਖ ਲੱਗਿਆ ਨਾ ਸ਼ਦੀਦ ਕਿਸਮ ਦੀ, ਤਾਂ ਹਲਕਾ ਫੁਲਕਾ ਜਿਹੜਾ ਹੀ ਹੈ ਨਾ ਉਹ ਬੰਦਿਆਂ ਅਰੇਂਜਮੈਂਟ ਕਰਨਾ ਚਾਹੀਦਾ ਤਾਂ ਆਉਣਾ ਚਾਹੀਦਾ, ਤਾਂ ਉਹ ਅਸੀਂ ਤੁਹਾਨੂੰ ਦੱਸਾਂ ਵੀ ਕਿਸ ਤਰ੍ਹਾਂ ਕਰਨਾ। ਉਹ ਉੱਧਰ ਤੱਕੋ ਜੀ, ਉਸ ਸਾਡੇ ਸ਼ੈਫ ਦਰ ਤੱਕੋ, ਯਾਰ ਮਾੜੇ ਕੋਲ ਤਾਂ ਉੱਥੇ ਚੜ੍ਹਾਉਣ ਵੀ ਨਹੀਂ ਆਉਣ ਲੱਗਾ। ਜਲਨੇ ਆ ਜੀ ਮਸਜਿਦ ਥੋੜ੍ਹਾ ਜਿਹਾ ਅੱਗੇ ਜਿੱਥੇ ਸਾਡੇ ਸ਼ੇਖ ਸਾਹਿਬ ਪਹੁੰਚੇ ਨੇ। ਲੱਗਣਾ ਇੰਝ ਹੀ ਹੈ ਕਿ ਯੂਰਪ ਵਿੱਚ ਆ ਗਈਆਂ ਕਿਸੇ ਜਾਈ ਤੇ, ਯਾਰ ਸਾਡਾ ਪਾਕਿਸਤਾਨ ਵੀ ਯੂਰਪ ਤੋਂ ਘੱਟ ਨਹੀਂ, ਉਸ ਤੋਂ ਵੱਧ ਹੀ ਹੈ ਖੂਬਸੂਰਤੀ ਨੇ ਲਿਹਾਜ਼ ਨਾਲ। ਖਾਮੋਸ਼ੀ ਅਤੇ ਪਾਣੀਆਂ ਦੀ ਆਵਾਜ਼, ਇਹ ਸਾਡੇ ਸ਼ੇਖ ਸਾਹਿਬ ਕਿਲ੍ਹਾ ਫਤਿਹ ਕਰਕੇ ਖਲੋਤੇ ਨੇ। ਇਹ ਜੀ ਗਰਾਊਂਡ ਜਗ੍ਹਾ ਬੜੀ ਦੂਰ ਹੈ, ਔਰ ਇਹ ਰਸਤਾ ਜਿਹੜਾ ਹੀ ਹੈ ਨਾ ਬੜਾ ਖਰਾਬ ਰਸਤਾ ਹੈ ਜਿਹਦੇ ਨੂੰ ਅਸੀਂ ਆਏ ਹਾਂ। ਇਹ ਉਤਰਾਈ ਹੈ ਔਰ ਕਾਫੀ ਸਮਝੋ ਕਿ ਇਸ ਤਰ੍ਹਾਂ ਡੂੰਘੀ ਜਾ ਹੈ ਜਿਸ ਨੂੰ ਅਸੀਂ ਉਤਰੇ ਹਾਂ। ਸੋਹਣੇ ਰੱਬ ਨਹੀਂ ਕੁਦਰਤ ਤੱਕੋ। ਅੱਛਾ ਇਹ ਜਿਹੜੀ ਜਗ੍ਹਾ ਹੈ, ਇਸ ਜਗ੍ਹਾ ਕਨੇਡਾ ਵਾਲਾ ਇਕੱਠਾ ਆਖਦੇ ਨੇ, ਕਨੇਡਾ ਟੇਸੇ ਆਖਦੇ ਨੇ ਇਹ ਜਿਹੜੇ ਵੱਡੇ ਵੱਡੇ ਪੱਥਰ ਹਨ, ਤਾਂ ਇੱਥੇ ਬੇਤਹਾਸ਼ਾ ਹਨ। ਪਰ ਤਕਰੀਬਨ ਜਿਸ ਜਗ੍ਹਾ ਸਾਈਡ 'ਤੇ ਨਜ਼ਰ ਮਾਰ ਸਕਣਾ ਉੱਥੇ ਤੁਸਾਂ ਇਹ ਨਜ਼ਰ ਆ ਸਕਣ, ਇਹ ਅੱਗੇ ਵੀ ਆਈਆਂ। ਇਹ ਇੱਕ ਪੁਆਇੰਟ ਇਹ ਹੈ, ਉੱਥੇ ਇੱਥੇ ਕਿਸੇ ਟਾਈਮ ਤਾਂ ਨਾ ਬੜਾ ਵੱਡਾ ਪੱਥਰ ਹੋਣਾ ਆ, ਉਹ ਬਾਰਿਸ਼ਾਂ ਨਾਲ ਨਾਲ ਜੂ ਜੂ ਹੋਣੀਆਂ ਰਹੀਆਂ, ਉਹਨੇ ਥੱਲੋਂ ਮਿੱਟੀ ਜਿਹੜੀ ਹੈ ਨਾ ਸਰਕਣੀ ਗਈ ਹੈ, ਅਤੇ ਉਹ ਵੱਟਾ ਆਇਆ ਥੱਲੇ ਆ ਗਿਆ। ਇਹ ਕੈਮਰੇ 'ਚ ਨਹੀਂ ਇਸ ਤਰ੍ਹਾਂ ਪਤਾ ਲੱਗਣਾ, ਲੇਕਿਨ ਇਹ ਬਹੁਤ ਬੜਾ ਪੱਥਰ ਹੈ, ਬਹੁਤ ਬੜਾ। ਜਰਾ ਤੀਕ ਹੋ ਲੱਗ ਗਈ ਹੈ ਭੁੱਖ, ਹੁਣ ਕੀ ਕਰੀਏ? ਆਏ ਵੀ ਬਹੁਤ ਦੂਰ ਆ ਤੇ ਹੁਣ ਭੁੱਖ ਵੀ ਲੱਗ ਪਈ ਹੈ। ਇੱਥੇ ਵੱਟੇ ਹੀ ਨਹੀਂ, ਚੱਲ ਆ ਕੋਈ ਜ਼ਹਿਨ ਲੜਾਉਂਦੇ ਹਾਂ, ਜਿਹੜਾ ਜਾਦੂ ਜਿਹਾ ਕਰਨੇ ਆ, ਕੋਈ ਹੋ ਸਕਦਾ ਜਾਦੂ ਨਾਲ ਕੋਈ ਸ਼ਾਇਆ ਆ ਵਜੇ, ਜਾਦੂ ਕਰਨੇ ਆ ਥੱਲੇ ਲੈ ਸੇ ਜਾਦੂ ਹੋ ਸੀ, ਇਸ ਤਰ੍ਹਾਂ ਨਹੀਂ ਹੋਣਾ। ਮੌਸਮ ਤਾਂ ਆਪਣੇ ਆ ਨਾ ਕਮਾਲ ਹੋ ਗਿਆ, ਮੌਸਮ ਲਈ ਬੜਾ ਪਿਆਰਾ ਮੌਸਮ ਹੋ ਗਿਆ। ਆਠ ਵੀ ਬੜੀ ਡਾਢੀ ਬਣ ਆਈ ਹੈ, ਗੱਲ ਸੁਣ ਇਹ ਨਾ ਬਾਰਿਸ਼ ਹੋਵੇ ਤਾਂ ਜਾ ਸਿਜਵੀ ਦਾ, ਤਾਂ ਅਸੀਂ ਧੋਕੇ ਸੋਕੇ ਚੜ੍ਹ ਵੈਸਾਂ ਤਾਂ ਮੋਟਰਸਾਈਕਲ ਨਹੀਂ ਚੜ੍ਹਨ ਲੱਗਾ, ਫਿਰ ਕੀ ਕਰਸਾਂ। ਚਲਾ ਥੱਲੇ ਯਾਰਾ ਕਰੀਏ ਕੋਈ ਜਾਦੂ ਖਾਣੇ ਪੀਣੇ ਨਾ, ਲੱਕੜੀਆਂ ਵੀ ਇਕੱਠੀਆਂ ਕਰਨੇ ਆ ਨਾ।
ਜਿਹੜਾ ਪਹਿਲਾ ਪੱਥਰ ਸੰਸਕਾ ਲਿਆ ਉਹ ਪਿੱਛੇ ਆਇਆ, ਉੱਥੋਂ ਤੁਰਨੇ ਆ ਇੱਥੇ, ਅਸੀਂ ਅੱਗੇ ਆ ਰਹੇ ਹਾਂ, ਇੱਥੇ ਤਾਂ ਨਜ਼ਾਰਾ ਹੀ ਹੋਰ ਹੈ। ਇਹ ਚੈੱਕ ਕਰੋ ਜ਼ਰਾ, ਬੜੀ ਬਿਹਤਰੀਨ ਜਗ੍ਹਾ। ਯਾਰਾ ਉਹ ਤਾਂ ਕਹਿੰਦਾ ਇਹ ਪਹਾੜੀ ਪੂਰਾ ਪੱਥਰ ਹੈ ਨਾ, ਇਹ ਵੀ ਪੂਰਾ ਪੱਥਰ ਹੈ, ਇਹ ਵੀ ਹਲਕੀ ਹਲਕੀ ਕਿਣ ਮਿਣ ਵੀ ਸ਼ੁਰੂ ਹੋ ਗਈ ਹੈ। ਇਹ ਚੈੱਕ ਕਰੋ ਜੀ ਕਿਤਨਾ ਵੱਡਾ ਪੱਥਰ ਹੈ, ਔਰ ਸਾਨੂੰ ਟੇਕ ਖਾਲੀ ਇੱਕ ਇਸ ਪੱਥਰ ਨਹੀਂ ਆਈ ਹੈ ਟੇਕ, ਇਹ ਨਾਲ ਇਹ ਉਹ ਥੱਲੇ ਵੱਡਾ ਪੱਥਰ ਹੈ ਇੱਕ। ਇਹ ਵਾਲਾ ਪੱਥਰ ਹੈ, ਹਾਂ ਠੀਕ ਹੋ, ਕੈਸਾ ਮੌਸਮ ਹੈ ਫਿਰ? ਉਹ ਮੌਸਮ ਤਾਂ ਠੀਕ ਹੈ, ਹੁਣ ਦੱਸੋ ਕੀ ਕਰੀਏ ਫਿਰ, ਅਗਲਾ ਕੰਮ ਖਾਣਾ ਨਾ ਹੁਣ ਇਤਨੀ ਦੂਰ ਕੀ ਕਰੀਏ ਯਾਰ, ਹੋਰ ਕੁਛ ਹੈ ਵੀ ਨਹੀਂ। ਉਹ ਤੱਕੇ ਨਾ ਇਹ ਜਿਹੜਾ ਪੱਥਰ ਜਿਹਾ ਪਏ ਹੈ ਇਹ ਸਾਹਮਣੇ, ਹਾਂ ਇੱਥੇ ਤੱਕੇ ਕੁਛ ਪਿਆ ਤੇ ਨਹੀਂ ਪਿਆ ਕੁਝ, ਚੱਲ ਪਿਛਾੜ ਮੈਂ ਜਾਦੂ ਕਰਨ ਲੱਗੂ ਫਿਰ, ਜਾਦੂ ਤੱਕ ਨਾ ਹੁਣ ਆਉਣਾ। ਉਸਮਾਨ ਸਾਹਿਬ ਯਾਰ ਹੁਣ ਕੋਈ ਜਾਦੂ ਕਰ, ਕੁਛ ਹੈ ਮੰਗਾ ਅਤੇ ਕੋਈ ਅਗਲੀ ਕੰਮ ਕਰੀ, ਹੁਣ ਤਾਂ ਭੁੱਖ ਵੀ ਲੱਗਣੀ ਹੈ ਵੀ, ਜਾਦੂ ਕਰੋ ਯਾਰ। ਖਾਸ ਨਹੀਂ ਕੁਝ ਹੋਣਾ, ਕੁਝ ਹਲਕਾ ਫੁਲਕਾ ਹੋਵੇ ਸੀ, ਮੈਂ ਕਿਹਾ ਚਲੋ ਜਾਈ ਦੇ ਨਾ, ਜਾਦੂ ਕੰਮ ਨਹੀਂ ਕਰ, ਚਲੋ ਹਲਕਾ ਫੁਲਕਾ ਹੀ ਸਹੀ, ਜਾਦੂ ਹੁਣ ਕਰਨਾ ਮੈਂ ਜਿਹੜਾ ਕਿਹਾ ਜ਼ਰਾ ਬਚ ਕਰੋ ਵੀ ਠੀਕ ਹੈ, ਤੇ ਇਹ ਨਾ ਪਾਵਰ ਨਾਲ ਜਿਹੜਾ ਹੈ ਨਾ ਤੂੰ ਆਪ ਹੋ ਜਾ। ਜਾਦੂ ਜਰਾ ਮੈਂ ਕੀਤੇ, ਚੈੱਕ ਕਰੋ ਜਾ, ਚੈੱਕ ਕਰਿਆ ਜਰਾ, ਉਹ ਜਾ ਜਗ੍ਹਾ ਚੈੱਕ ਕਰ ਜਰਾ, ਆਈ ਆ ਕੁਝ ਯਾਰ, ਮੈਂ ਤਾਂ ਫਰੂਟਾਂ ਜਾਦੂ ਕੀਤਾ ਆ, ਮਾਰ ਛੱਡਿਆ ਨੇ। ਓਹੋ ਇਹ ਤਾਂ ਮਨ ਖਿਆ ਆਲੂ ਨਿੰਬੂ ਸਾਵੀਆਂ ਮਿਰਚਾਂ ਆ ਗਏ। ਅਸਲ ਯਾਰ ਜਗ੍ਹਾ ਬੜੀ ਹੈ ਨਾ ਥੋੜੀ ਜੀ, ਬੜੀ ਡੂੰਗੀ ਜੀ ਜਾ, ਇੱਥੇ ਜਾਦੂ ਜਿਹੜਾ ਥੋੜ੍ਹਾ ਜਿਹਾ ਪੁੱਠਾ ਪੈ ਗਿਆ, ਬਹਰਹਾਲ ਚਲੋ ਆਲੂਆਂ ਨਾਲ ਗੁਜ਼ਾਰਾ ਕਰ ਲੈਂਦੇ ਹਾਂ ਕੁਝ ਨਾ ਕੁਝ। ਚਲੋ ਫਿਰ ਸ਼ੁਰੂ ਹੋ ਜੀ, ਚਲੋ ਕੰਡੇ ਇਕੱਠੇ ਹੋ ਗਏ ਨਾ ਕਿ ਬਾਲੋ ਜੇ, ਹੁਣ ਅੱਜ ਵੈਸੇ ਕੀ ਬਣਾ ਖਾਸਾਂ, ਕੀ ਕਰ ਸਕਦਾ ਇਹਨਾਂ ਨੂੰ, ਕੀ ਬਣ ਸੀ ਇਹਨਾਂ ਨੂੰ, ਸ਼ਾਰਟਕਟ ਕਰੀਏ ਤੇ ਭੁੰਨਣਾ ਹੀ ਵਾਲਾ ਕੰਮ ਹੈ। ਆਲੂ ਭੁੰਨ ਕੇ ਖਾਸਾਂ, ਆ ਜਾਓ ਅੱਜ ਅਸੀਂ ਆਲੂ ਭੁੰਨ ਕੇ ਖਾਸਾਂ, ਤੁਸੀਂ ਵੀ ਦੇਖੋ ਆਲੂ ਕਿੰਝ ਭੁੰਨਣ ਆਉਂਦੇ ਨੇ। ਅੱਗ ਬਾਲਣਾ ਦੀ ਤਿਆਰੀ ਹੋ ਰਹੀ ਹੈ ਇੱਥੇ ਇਸ ਵੱਟੇ ਹੇਠੋਂ, ਇਹ ਜਿਹੜੇ ਆਲੂ ਅਸੀਂ ਭੁੰਨਣ ਲੱਗੇ ਹਾਂ ਇਹ ਤਰੀਕਾਕਾਰ ਹੀ ਹੈ ਇਹਨਾਂ ਨਾਲ, ਅੱਗ ਬੜਾ ਕੇ ਤਾਂ ਉਹਨਾਂ ਜਿਹਾ ਆਲੂਆਂ ਸੱਟ ਛੋੜੋ, ਇਹ ਆਪੇ ਤਿਆਰ ਹੋ ਗਿਆ ਸੁਣ, ਅਤੇ ਕੱਢ ਕੇ ਹਲਕੇ ਜੇ ਠੰਡੇ ਕਰਕੇ ਤਾਂ ਬੰਦਾ ਖਾ ਲਵੇ। ਅਤੀਕ ਉਹ ਮੁਕਾ ਜਰਾ ਅੱਗ ਲਾ ਭੈਣ ਜੋ, ਇਹ ਤਾਂ ਮਾਂ 'ਚ ਪਤਾ ਲੱਗਾ ਕਸਮ ਖੁਦਾ ਨਹੀਂ, ਅਸਾਂ ਮਰਦਾ ਕਿਤਨੀ ਮਿਹਨਤ ਕਰਨੀ ਪੈਣੀ ਅੱਗ ਲਾਉਣੇ ਦੀ ਵੇ, ਕਦੇ ਲੱਕੜੀਆਂ ਇਕੱਠੀਆਂ ਕਰੋ ਅਤੇ ਯੇ ਤਾਂ ਵੋ, ਜਨਾਨੀਆਂ ਵਾਲੀ ਜ਼ਬਾਨ ਹੀ ਕਾਫੀ ਹੈ। ਉਹ ਭਾਈ ਜੀ ਐਸੀ ਗੱਲ ਕਰਨੀ ਆ ਕਿ ਵੈਸੇ ਹੀ ਅੱਗ ਲੱਗ ਪੈਣੀ ਬੰਦੇ, ਇਹ ਦੂਆ ਵੀ ਲਾ ਛੋੜ ਨਾਲ, ਤਾਂ ਕਿ ਅੱਗ ਜਿਹੜੀ ਹੈ ਨਾ ਜ਼ਰਾ ਸਹੀ ਆਪਣਾ ਜ਼ੋਰ ਨਾਪ ਕੇ ਨਾ, ਆਲੂ ਅੱਛੇ ਪੁੱਜ ਹੋ ਜਾਣ ਜ਼ਰਾ। ਲਓ ਜੀ ਤੀਲੀ,
ਲਾਉਣੇ ਆ ਨਾ। ਤੀਲੀ ਵਾਲਾ ਕੰਮ ਬੜਾ ਬਿਹਤਰੀਨ ਹੁੰਦਾ। ਚਲੋ ਜੀ, ਆਲੂ ਰੱਖੋ ਹੁਣ ਅੱਗੀ ਦਾ, ਆਲੂ ਰੋਸਟ ਕਰੀਏ ਅਸੀਂ। ਬੈਲੈਂਸ ਨਾ ਗੜਬੜੋ ਵੈ ਰੱਖੇ ਗਏ। ਆਲੂ ਸਾਡੇ ਭੁੱਜਣੇ ਨੇ ਪਏ ਜੀ, ਮਰਲਾ ਸਾਡਾ ਜਾਰੀ ਹੈ, ਅੱਗ ਬਲਣੀ ਹੈ ਪੀ, ਤੇ ਆਲੂ ਇਸਨੇ ਵਿੱਚ ਭੁੱਜ ਰਹੇ ਨੇ। ਆਲੂ ਸਾਡੇ ਰੋਸਟ ਹੋ ਗਏ ਮਣਖਾ ਲੈ ਜਾ ਭੁੱਜੇ ਗਏ ਨੇ। ਇਹ ਜੀ ਖਾਣਾ ਪੀਣ ਵਾਲਾ ਜਿਹੜਾ ਖਜ਼ਾਨਾ ਨਾ, ਇਸ ਅੱਗੀ ਨੇ ਅੰਦਰ ਦਫਨ ਹੈ। ਇਸ ਹੁਣ ਥੋੜ੍ਹੀ ਦੇਰੀਆਂ ਕੱਢਸਾਂ ਅਸੀਂ ਬਾਹਰ, ਬਸ ਸਿਰਫ ਦੋ ਤਰੇ ਮਿੰਟ। ਠੀਕ ਹੋ ਗਏ ਨੀ ਯਾਰ ਆਪਣੇ ਖਿਆਲ ਆ, ਚੈੱਕ ਕਰਨੇ ਕੱਢਣੇ ਬਾਹਰ। ਹੈਲੋ ਮਿਸਟਰ ਆਲੂ, ਮਿਸਟਰ ਆਲੂ ਬਾਹਰ ਆ ਜਾਓ। ਉਤਲਾ ਰੰਗ ਨਾ ਤੱਕੋ ਉੱਤੋਂ, ਤਾਂ ਇਹਨਾਂ ਨੇ ਖਾਲ ਜਿਹੜੀ ਉਹ ਲੈ ਵੈਸੀ, ਅਸਲ ਮਾਲ ਤਾਂ ਅੰਦਰ ਹੈ। ਗੱਲ ਸੁਣ, ਇਹ ਮਕੂ ਕੱਚਾ ਕੱਚਾ ਲੱਗ ਰਿਹਾ, ਠੀਕ ਹੈ ਤਾਂ ਕੀ ਮਣੇ ਉੱਤਾਂ ਨਾ ਅੱਗ ਸੜ ਛੋੜੀ। ਚੈੱਕ ਕਰੋ ਕੋ ਆਲੂ ਵਿੱਚ ਨਾ ਰਹਿ ਵਜੇ, ਬਸ ਉਹ ਇਤਨੇ ਥੋੜ੍ਹੇ ਆਲੂ, ਅਸੀਂ ਜਾਦੂ ਨਹੀਂ ਸਹੀ ਹੋਇਆ ਨਾ। ਧੋ ਕੇ ਨਾ ਆਲੂਆਂ, ਧੋ ਕੇ ਛਿਲਕੇ ਲੈ ਵਜਾਉਣਾ ਨਾ ਤੂੰ। ਆਲੂ ਸਾਡੇ ਤਿਆਰ ਹੋ ਗਏ ਜੀ, ਤਾਂ ਅਸੀਂ ਵੀ ਤਿਆਰ ਹੋ ਗਏ ਹਾਂ ਗਰਮੀ ਨਾਲ। ਹੁਣ ਆਲੂਆਂ ਨੇ ਕੋਈ ਕਾਟੋ ਬੀਟੋ ਕਰਨ ਲੱਗੇ ਹਾਂ। ਗੱਲ ਸੁਣ, ਇਹ ਤੱਕੇ ਨਾ ਕਾਲੀਆਂ ਮਿਰਚਾਂ ਅਤੇ ਨਮਕ ਖੋਲੇ ਨਾ, ਇਹ ਜਿਲ੍ਹਾ ਜ਼ਿਆਦਾ ਦੂਰ ਨਿਕਲੋ ਨਾ ਘਰੋਂ, ਜੇ ਕੁਝ ਜ਼ਿਆਦਾ ਨਾ ਆਵੇ ਤਾਂ ਪਾਣੀ ਲਾਜ਼ਮੀ ਬੰਦਾ ਨਾਲ ਰੱਖਿਆ ਤਾ, ਹੋਰ ਕਦੇ ਕੁਝ ਖਾਣੇ ਦੀ ਨਾ ਆਵੇ ਤਾਂ ਆਲੂ ਬੰਦਾ ਜੇਬਾਂ 'ਚ ਪਾ ਕੇ ਨਾ, ਕਿਸੇ ਜੈ ਵੀ ਆਗ ਬਾਲ ਕੇ ਚਲੋ ਬੰਦਾ ਪੁੰਨ ਕੇ ਨਾ, ਇਹ ਥੋੜ੍ਹਾ ਆਸਰਾ ਹੋਵੇ ਨਾ ਬੰਦੇ ਹਾਂ। ਨਹੀਂ ਤਾਂ ਇਹ ਜੀ ਜਾਈਦਾ ਤਾਂ ਉਹ ਅੱਲਾ ਜਾਣਨਾ, ਭੁੱਖਾ ਹੀ ਮਾਰ ਵਜਾ ਬੰਦਾ। ਆਹ ਹਾ, ਲੂਣਿਆਂ ਨੇ ਤਰੌਂਕਾ ਲਾਓ ਨਾ ਜੀ, ਸਾਡਾ ਮੈਨਿਊ ਆਜ ਨਾ ਜੀ, ਭੁੱਜੇ ਆਲੂ, ਕਾਲੀਆਂ ਮਿਰਚਾਂ, ਨਮਕ, ਨਿੰਬੂ, ਪਾਣੀ, ਇਹ ਲੋਕੇਸ਼ਨ। ਚੱਲ ਘੱਟ ਯਾਰ ਆਲੂ, ਦੋ ਦੋ ਪੀਸ ਕਰ ਛੋੜ। ਹੁਣ ਹਲਕਾ ਹਲਕਾ ਲੂਣ ਸੱਟ ਉੱਤੇ ਅਤੇ ਕਾਲੀਆਂ ਮਿਰਚਾਂ ਸੱਟ, ਲੂਣ ਗੁੰਮ ਫਿਰ ਕਾਲੀਆਂ ਮਿਰਚਾਂ ਸੱਟ, ਬਲੱਡ ਪ੍ਰੈਸ਼ਰ ਆਈ ਹੋ ਨਹੀਂ, ਇਹ ਵੱਧ ਗਈਆਂ ਸਾਡੇ ਯਾਰ, ਇਹਨਾਂ ਨਹੀਂ ਖੈਰ ਹੈ, ਇਹ ਅੱਛੀਆਂ ਹੋਣੀਆਂ।
ਚੱਲ ਹੁਣ ਨਿੰਬੂ ਕਰੇ ਨਾ ਜ਼ਰਾ। ਨਿਚੋੜ ਦੇ ਨਿੰਬੂ ਹੈ ਜੂ ਕਤਰੇ ਟਹਿਨੇ ਨਾ ਪਏ, ਇੰਜ ਲੇਲਾਂ ਟਹਿਣੀਆਂ ਵੀ ਕਸਮੇ ਮੂੰਹ ਜੂ। ਮਕਾਨ ਵਾਲੀ ਗੱਲ ਕਰ, ਅਤੀਕ ਚੀਜ਼ਾਂ ਪੈ ਗਈਆਂ ਸਾਰੀਆਂ। ਹਾਂ ਜੀ ਤਿਆਰ ਹੈ ਬਿਲਕੁਲ। ਚੈੱਕ ਕਰੋ ਹਾਂ ਕੈਸਾ ਬਣਿਆ। ਕਿਆ ਬਾਤ ਹੈ, ਜ਼ਬਰਦਸਤ। ਹੁਣ ਅਸੀਂ ਖਾ ਕੇ ਨਹੀਂ ਜੀ, ਅੱਜ ਨਹੀਂ ਸਾਡੀ ਰੈਸਪੀ ਇਖਤਤਾਮ ਆ ਪਹੁੰਚੀ, ਖਾ ਪੀ ਕੇ ਵਿਹਲੇ ਹੋ ਗਏ ਹਾਂ, ਹੁਣ ਬਸ ਵਾਪਸੀ ਹੈ। ਅੱਜ ਨਹੀਂ ਵੀਡੀਓ ਇੱਥੇ ਹੀ ਖਤਮ ਕਰਨੇ ਆ, ਇਨਸ਼ਾਅੱਲਾ ਨੈਕਸਟ ਫਿਰ ਕੁਝ ਅਜੀਬੋ ਗਰੀਬ ਜਿਹਾ ਲੈ ਕੇ ਹਾਜ਼ਰ ਹੋ ਸਕ। ਅੱਛਾ ਜਿੱਥੇ ਰਹੋ ਖੁਸ਼ ਰਹੋ, ਆਬਾਦ ਰਹੋ, ਅੱਲਾ ਹਾਫਿਜ਼। ਤੁਸੀਂ ਵੀ ਅੱਲਾ ਹਾਫਿਜ਼ ਕਰ ਸੋ ਜੀ। ਅੱਲਾ ਹਾਫਿਜ਼। ਹਾਏ ਹਾਏ ਹਾਏ।